ਨਮਸਕਾਰ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਮੈਂ ਹਰਿੱਤੂ ਗਰੋਵਰ ਪਹਿਲਾਂ ਪੇਸ਼ ਨੇ ਛੋਟੀਆਂ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਲੋਕਾਂ ਨੂੰ ਮੌਜੂਦਾ ਸਮੇਂ ਵਿੱਚ ਕਰੋਨਾ ਮਹਾਮਾਰੀ ਤੋਂ ਵਧੇਰੇ ਸੁਚੇਤ ਤੇ ਵਧੇਰੇ ਗੰਭੀਰ ਹੋਣ ਦੀ ਨਸੀਹਤ ਦਿੱਤੀ ਮਨ ਕੀ ਬਾਤ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਵਿੱਚ ਅਰਥ ਵਿਵਸਥਾ ਦਾ ਵੱਡਾ ਹਿੱਸਾ ਖੁੱਲ ਗਿਆ ਹੈ ਪਰ ਕਰੋਨਾ ਵਾਇਰਸ ਤੋਂ ਬਚਾ ਲਈ 2 ਗੱਜ ਦੀ ਦੂਰੀ ਬਣਾ ਕੇ ਰੱਖਣਾ ਮਾਸਕ ਪਾਉਣਾ ਅਤੇ ਘਰਾਂ ਤੋਂ ਘੱਟੋ ਘੱਟ ਬਾਹਰ ਨਿਕਲਣਾ ਬੇਹੱਦ ਜ਼ਰੂਰੀ ਹੈ ਨਰਿੰਦਰ ਮੋਦੀ ਨੇ ਕਿਹਾ ਕਿ ਕਰੋਨਾ ਦੇ ਇਸ ਦੌਰ ਵਿੱਚ ਆਤਮ ਨਿਰਭਰ ਭਾਰਤ ਅਭਿਆਨ ਦੇਸ਼ ਨੂੰ ਨਵੀਆਂ ਬੁਲੰਦੀਆਂ ਤੱਕ ਲਿਜਾ ਸਕਦਾ ਹੈ। ਪ੍ਰਧਾਨ ਮੰਤਰੀ ਨੇ ਯੋਗ ਅਤੇ ਆਯੁਰਵੇਦ ਅਪਣਾਉਣ ਦੀ ਲੋੜ ਤੇ ਜ਼ੋਰ ਦਿੰਦਿਆਂ ਲੋਕਾਂ ਨੂੰ ਮਾਈ ਲਾਈਫ ਮਾਈ ਯੋਗ ਵੀਡੀਓ ਬਲੌਗ ਮੁਕਾਬਲੇ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ। ਕੇਂਦਰੀ ਗ੍ਰਹਿ ਮੰਚਾਲੇ ਵੱਲੋਂ 30 ਜੂਨ ਤੱਕ ਅਨਲੌਕ ਇੱਕ ਸੰਬੰਧੀ ਨਵੇਂ ਦਿਸ਼ਾ ਨਿਰਦੇਸ਼ ਜਾਰੀ ਦੇਸ਼ ਭਰ ਵਿੱਚ ਕੋਵਿਡ ਉਨੀਰੀ ਪੁਸ਼ਟੀ ਵਾਲੇ ਮਾਮਲੇ ਦੀ ਗਿਣਤੀ 182143 ਹੋਈ ਦੇਸ਼ ਵਿੱਚ ਕਰੋਨਾ ਤੋਂ ਸਿਹਤਿਆਭ ਹੋਣ ਦੀ ਦਰ 47.76% ਤੱਕ ਪਹੁੰਚੀ ਵੰਦੇ ਭਾਰਤ ਮਿਸ਼ਨ ਤਹਿਤ 에ਰ ਇੰਡੀਆ ਦੀ ਵਿਸ਼ੇਸ਼ ਉਡਾਨ ਯੂਕਰੇਨ ਤੋਂ 144 ਭਾਰਤੀ ਮੌਲਿਕਾ ਅਜ ਤੜਕਸਰ ਚੰਡੀਗੜ੍ਹ ਕੋ ਮੰਤਰੀ ਹਵਾਈ ਅੱਡੇ ਪੁੱਜੀ ਤੇ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਵਿਡ-19 ਵਿਸ਼ਵ ਮਹਾਮਾਰੀ ਦੇ ਇਸ ਦੌਰ ਵਿੱਚ ਲੋਕਾਂ ਨੂੰ ਵਧੇਰੇ ਸੁਚੇਤ ਤੇ ਗੰਭੀਰ ਹੋਣ ਦੀ ਨਸੀਹਤ ਦਿੱਤੀ ਹੈ ਆਕਾਸ਼ਵਾਣੀ ਤੇ ਆਪਣੇ ਬਹੁਤ ਚਰਚਿਤ ਪ੍ਰੋਗਰਾਮ ਮੰਨ ਕੀ ਬਾਤ ਰਾਹੀਂ ਜਨਤਾ ਦੇ ਰੂਬਰੂ ਹੁੰਦੇ ਆ ਪ੍ਰਧਾਨ ਮੰਤਰੀ ਨੇ ਕਹਿ ਕਿ ਅੱਜ ਅਰਥ ਵਿਵਸਥਾ ਦਾ ਵੱਡਾ ਹਿੱਸਾ ਖੁੱਲ ਗਿਆ ਏ ਸ਼੍ਰਮਿਕ ਵਿਸ਼ੇਸ਼ ਰੇਲ ਗੱਡੀਆਂ ਤੇ ਹੋਰ ਵਿਸ਼ੇਸ਼ ਰੇਲ ਸੇਵਾਵਾਂ ਸ਼ੁਰੂ ਹੋ ਗਈਆਂ ਨੇ ਘਰੇ ਲੋੜਾਂ ਨਾ ਮੁੜ ਚਾਲੂ ਹੋ ਗਈਆਂ ਨੇ ਤੇ ਸਨਤਾਂ ਦਾ ਕੰਮ ਆਮ ਵਾਂਗ ਹੁੰਦਾ ਜਾ ਰਿਹਾ ਤਾਂ ਸਾਨੂੰ ਕਿਸੇ ਵੀ ਤਰ੍ਹਾਂ ਦੀ ਟਿਲ ਨਹੀਂ ਵਰਤਣੀ ਚਾਹੀਦੀ ਉਹਨਾਂ ਲੋਕਾਂ ਨੂੰ 2 ਗਜ਼ ਦੀ ਦੂਰੀ ਬਣਾ ਕੇ ਰੱਖਣ ਤੇ ਮਾਸਕ ਪਾਉਣ ਤੋਂ ਇਲਾਵਾ ਜਿੱਥੋਂ ਤੱਕ ਸੰਭਵ ਹੋਵੇ ਘਰਾਂ ਤੋਂ ਬਾਹਰ ਨਾ ਨਿਕਲਣ ਲਈ ਕਿਹਾ जोर दे क्या कि लॉकडाउन कारण देश ने भारी मुश्किल झलिया वो मेहनत अजाई नहीं जानी चाहती प्यारे देशवासियों नमस्कार कोरोना के प्रभाव से हमारी मन की बात भी अछूती नहीं रही है जब मैंने पिछली बार आपसे मन की बात की थी तब पैसेंजर ट्रेनें बंद थी बसें बंद थी हवाई सेवा बंद थी इस बार बहुत कुछ खुल चुका है श्रमिक स्पेशल ट्रेनें चल रही हैं अन्य स्पेशल ट्रेनें भी शुरू हो गई हैं, तमाम सावधानियों के साथ हवाई जहाज उड़ने लगे हैं धीरे धीरे उद्योग भी चलना शुरू हुआ है यानी अर्थव्यवस्था का एक बड़ा हिस्सा अब चल पड़ा है खुल गया है ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਰੋਨਾ ਸੰਕਟ ਦੇਸ਼ ਦੌਰ ਵਿੱਚ ਦੇਸ਼ ਦੇ ਵਕਫਾ ਖੇਸਿਆਂ ਵਿੱਚ ਕਰੋਨਾ ਵਿਰੁੱਧ ਜੰਗ ਵਿੱਚ ਸਹਿਯੋਗ ਕਰਨ ਵਾਲਿਆਂ ਦੀ ਭਰਪੂਰ ਸ਼ਲਾਘਾ ਕੀਤੀ। ਉਹਨਾਂ ਇਸ ਔਖੇ ਸਮੇਂ ਵਿੱਚ ਗਰੀਬ ਲੋਕਾਂ ਤੱਕ ਭੋਜਨ ਪਹੁੰਚਾਉਣ ਲਈ ਤਾਮਿਲਨਾਡੂ ਦੇ ਕੇਸੀ ਮੋਹਨ ਨਾਮੀ ਵਿਅਕਤੀ ਦੀ ਉਦਾਹਰਣ ਦਿੱਤੀ। ਇਸ ਦੇ ਨਾਲ ਹੀ ਉਹਨਾਂ ਪਠਾਨਕੋਟ ਦੇ ਦਿਵਿਆਂਗ ਵਿਅਕਤੀ ਰਾਜੂ ਵੱਲੋਂ ਲੋਕਾਂ ਕੋਲੋਂ ਮੰਗ ਕੇ ਇਕੱਠੇ ਕੀਤੇ ਗਏ ਪੈਸੇ ਨਾਲ ਮਾਸਕ ਖਰੀਦ ਕੇ ਵੰਡਣ ਦਾ ਵੀ ਉੱਚੇਚੇ ਤੌਰ ਤੇ ਜ਼ਿਕਰ ਕੀਤਾ। ਉਹਨਾਂ ਦੇਸ਼ ਦੇ ਵਕਫਾ ਖੇਸਿਆਂ ਵਿੱਚ ਮਹਿਲਾ ਸੈਲਫ ਹੈਲਪ ਗਰੁੱਪਾਂ ਵੱਲੋਂ ਮਾਸਕ ਬਣਾਉਣ ਦੀ ਵੀ ਚਰਚਾ ਕੀਤੀ। एक सज्जन है तमिलनाडु के सी मोहन सी मोहन जी मदुरे में एक सैलून चलाते हैं अपनी मेहनत की कमाई से इन्होंने अपनी बेटी की पढ़ाई के लिए पांच लाख रुपए बचाए थे लेकिन इन्होंने ये पूरी राशि इस समय जरूरतमंदों गरीबों की सेवा के लिए खर्च कर दी आपके पठानकोट से भी एक ऐसा ही उदाहरण मुझे पता चला यहाँ दिव्यांग भाई राजू ने दूसरों की मदद से जोड़ी गई छोटी सी पूंजी इसे तीन हजार से अधिक मास्क बनवाकर लोगों में बांटे भाई राजू ने इस मुश्किल समय में करीब सौ परिवारों के लिए खाने का राशन भी जुटाया ਪ੍ਰਧਾਨ ਮੰਤਰੀ ਨੇ ਆਪਣੇ ਇਸ ਮੰਕੀ ਬਾਦ ਪ੍ਰੋਗਰਾਮ ਵਿੱਚ ਲਾਕਡਾਊਨ ਕਾਰਨ ਗਰੀਬ ਤੇ ਮਜ਼ਦੂਰ ਵਰਗ ਦੇ ਲੋਕਾਂ ਦੀਆਂ ਦੁੱਖ ਤਕਲੀਫਾਂ ਤੇ ਮੁਸ਼ਕਲਾਂ ਦਾ ਜ਼ਿਕਰ ਕੀਤਾ ਉਹਨਾਂ ਇਸ ਤਬਕੇ ਦੇ ਲੋਕਾਂ ਦੀ ਮਦਦ ਲਈ ਆਮ ਜਨਤਾ ਕੇਂਦਰ ਅਤੇ ਸੂਬਾ ਸਰਕਾਰਾਂ ਵੱਲੋਂ ਕੀਤੀ ਗਈ ਯਤਨਾਂ ਦੀ ਸ਼ਲਾਘਾ ਕੀਤੀ ਪ੍ਰਧਾਨ ਮੰਤਰੀ ਨੇ ਕਹਿ ਕੇ ਕਰੋਨਾ ਸੰਕਟ ਦੇ ਮੌਜੂਦਾ ਹਾਲਾਤ ਨੇ ਸਾਡੀ ਅੱਖਾਂ ਖੋਲੀਆਂ ਉਹਨਾਂ ਨੇ ਕਹਿ ਕੇ ਇਸ ਮਹਾਮਾਰੀ ਨੇ ਸਾਨੂੰ ਪੁਬੇਖਲੀ ਕਈ ਸਬਕ ਸਿਖਾਏ ਇਸ ਮਾਮਲੇ ਵਿੱਚ ਪ੍ਰਧਾਨ ਮੰਤਰੀ ਨੇ ਭਾਰਤ ਨੂੰ ਆਤਮ ਨਿਰਭਰ ਬਣਾਉਣ ਦੀ ਦਿਸ਼ਾ ਵੱਲ ਚੁੱਕੇ ਜਾ ਰਹੇ ਕਦਮਾਂ ਦਾ ਜ਼ਿਕਰ ਕੀਤਾ ਉਹਨਾਂ ਨੇ ਕਹਿ ਕੇ ਜੇਕਰ ਦੇਸ਼ ਦੇ ਪਿੰਡ ਕਸਬੇ ਜ਼ਿਲ੍ਹੇ ਤੇ ਸੂਬੇ ਆਤਮ ਨਿਰਭਰ ਹੁੰਦੇ ਤਾਂ ਬਹੁਤੀਆਂ ਸਮੱਸਿਆਵਾਂ ਦਾ ਸਾਹਮਣਾ ਨਹੀਂ ਸੀ ਕਰਨਾ ਪੈਣਾ ਪ੍ਰਧਾਨ ਮੰਤਰੀ ਨੇ ਕਹਿ ਕੇ ਆਤਮ ਨਿਰਭਰ ਭਾਰਤ ਅਭਿਆਨ ਤਹਿਤ ਮੇਕ ਇਨ ਇੰਡੀਆ ਤੇ ਸਟਾਰਟਅਪ ਯੋਜਨਾਵਾਂ ਨੂੰ ਉਤਸ਼ਾਹਤ ਕਰਨ ਦੀ ਲੋੜ ਪਈਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਰੋਨਾ ਵਿਸ਼ੇ 'ਮਹਮਾਰੀ ਦੇ ਮੌਜੂਦਾ ਦੌਰ ਵਿੱਚ ਕੋ ਮੰਤਰੀ ਪਦਰ ਤੇ ਯੋਗ ਅਤੇ ਆਯੁਰਵੇਦ ਦੀ ਚਰਚਾ ਹੋ ਰਹੀ ਏ ਉਹਨਾਂ ਕਹ ਕੇ ਵਿਸ਼ਵ ਦੇ ਅਨੇਕ ਆਗੂ ਜਦ ਉਹਨਾਂ ਨਾਲ ਫੋਨ ਤੇ ਗੱਲਬਾਤ ਕਰਦੇ ਨੇ ਤਾਂ ਇਸ ਬਾਰੇ ਚਰਚਾ ਜ਼ਰੂਰ ਕਰਦੇ ਨੇ ਪ੍ਰਧਾਨ ਮੰਤਰੀ ਨੇ ਦੇਸ਼ ਦੀ ਜਨਤਾ ਨੂੰ ਭਾਰਤ ਸਰਕਾਰ ਦੇ ਆਯੁਸ਼ ਮੰਤਰਾਲੇ ਵੱਲੋਂ ਮਾਈ ਲਾਈਫ ਮਾਈ ਯੋਗ ਨਾਦੀ ਵੀਡੀਓ ਬਲੌਗ ਪ੍ਰਤੀਯੋਗਤਾ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ ਪ੍ਰਧਾਨ ਮੰਤਰੀ ਨੇ ਆਯੁਸ਼ਮਾਨ ਭਾਰਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਯੋਜਨਾ ਤਹਿਤ ਹੁਣ ਤੱਕ 1 ਕਰੋੜ ਭਾਰਤੀਆਂ ਦਾ ਇਲਾਜ ਹੋ ਚੁੱਕਿਆ ਹੈ ਜਿਨ੍ਹਾਂ ਵਿੱਚੋਂ 80% ਲੋਕ ਪਿੰਡੂ ਇਲਾਕਿਆਂ ਨਾਲ ਸੰਬੰਧ ਰੱਖਦੇ ਨੇ ਉਹਨਾਂ ਕਹਿੰਦੇ ਜੇ ਇਹ ਯੋਜਨਾ ਨਾ ਹੁੰਦੀ ਤਾਂ ਇਹ ਲੋਕ ਸਰਜਰੀ ਸਮੇਤ ਹੋਰ ਗੰਭੀਰ ਬਿਮਾਰੀਆਂ ਦਾ ਇਲਾਜ ਨਾ ਕਰਵਾ ਪਾਉਂਦੇ ਪ੍ਰਧਾਨ ਮੰਤਰੀ ਨੇ ਆਜ ਦੇ ਮਨ ਕੀ ਬਾਤ ਪ੍ਰੋਗਰਾਮ ਦੌਰਾਨ ਵਾਤਾਵਰਣ ਦੀ ਸੰਭਾਲ ਵਿਸ਼ੇ ਤੇ ਖਾਸ ਗੱਲਬਾਤ ਕੀਤੀ। ਉਹਨਾਂ ਲੋਕਾਂ ਨੂੰ ਬਰਸਾਤ ਦੇ ਮੌਸਮ ਵਿੱਚ ਪਾਣੀ ਦੀ ਸੰਭਾਲ ਕਰਨ ਦਾ ਸੱਦਾ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ 5 ਜੂਨ ਨੂੰ ਵਿਸ਼ਵ ਵਾਤਾਵਰਣ ਦਿਵਸ ਹੈ ਅਤੇ ਇਸ ਵਾਰ ਦਾ ਵਿਸ਼ਾ ਜੈਵ ਪਿੰਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਲਾਕਡਾਊਨ ਦੇ ਪਿਛਲੇ ਕੁਝ ਹਫ਼ਤਿਆਂ ਦੌਰਾਨ ਭਾਵੇਂ ਜ਼ਿੰਦਗੀ ਦੀ ਰਫ਼ਤਾਰ ਧੀਮੀ ਹੋਈ ਪਰ ਇਸ ਨੇ ਸਾਨੂੰ ਕੁਦਰਤ ਅਤੇ ਜੈਵ ਪਿੰਤਾ ਦੀ ਮਹੱਤਤਾ ਬਾਰੇ ਆਤਮ ਮਨਥਨ ਕਰਨ ਦਾ ਮੌਕਾ ਦਿੱਤਾ। उन्होंने कहा कि लोग सबक लेना चाहिए कि कुदरतमेल बिठा के जिंदगी कि प्रधानमंत्री ने लोगों तो अपने आस पास प्रकृति की समृद्ध विविधता को जैव विविधता को करीब से देखने का अवसर भी मिला है इन तस्वीरों को देखकर कई लोगों के मन में यह संकल्प उठा होगा क्या हम उन दृश्यों को ऐसे ही बना रह सकते हैं मेरे प्यारे देशवासियों स्वच्छ पर्यावरण सीधे हमारे जीवन हमारे बच्चों के भविष्य का विषय है इसलिए हमें व्यक्तिगत स्तर पर भी इसकी चिंता करनी होगी मेरा आपसे अनुरोध है कि इस पर्यावरण दिवस पर कुछ पेड़ अवश्य लगाएं और प्रकृति की सेवा के लिए कुछ ऐसा संकल्प अवश्य लें जिससे प्रकृति के साथ आपका हर दिन का रिश्ता बना रहे ਪਠਾਨਕੋਟ ਦੇ ਗੁੰਮਨਾਮ ਪਿਖਾਰੀ ਰਾਜੂ ਨੇ ਕਦੀ ਜ਼ਿੰਦਗੀ ਵਿੱਚ ਵੀ ਨਹੀਂ ਸੋਚਿਆ ਸੀ ਕਿ ਇੱਕ ਦਿਨ ਦੇਸ਼ ਦੇ ਪ੍ਰਧਾਨ ਮੰਤਰੀ ਕਦੀ ਉਸ ਦੀ ਚਰਚਾ ਕਰਨਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਜਮਾਨ ਕੀ ਬਾਤ ਪ੍ਰੋਗਰਾਮ ਦੌਰਾਨ ਇਸ ਵਿਅਕਤੀ ਦਾ ਉਚੇਚਿਤ ਤੌਰ ਤੇ ਜ਼ਿਕਰ ਕੀਤਾ ਗਿਆ ਇਹ ਵਿਅਕਤੀ ਪਿਛਲੇ ਕੁਝ ਸਮੇਂ ਤੋਂ ਲੋਕਾਂ ਕੋਲੋਂ ਮੰਗ ਕੇ ਇਕੱਠੀ ਕੀਤੀ ਗਈ ਰਾਸ਼ੀ ਨਾਲ ਗਰੀਬ ਲੋਕਾਂ ਨੂੰ ਰਾਸ਼ਨ ਮੁਹੱਈਆ ਕਰਵਾਉਣ ਅਤੇ ਮਾਸਕ ਵੰਡਣ ਦੇ ਕੰਮ ਕਰਕੇ ਚਰਚਾ ਵਿੱਚ ਹੈ ਜਾਦਿਸ ਵਿਅਕਤੀ ਨੇ ਪ੍ਰਧਾਨ ਮੰਤਰੀ ਦਾ ਮੰਨ ਕੇ ਬਾਤ ਪ੍ਰੋਗਰਾਮ ਸੁਣਿਆ ਤਾਂ ਉਸ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ। ਸ਼ਰੀਰ ਪੱਖੋਂ ਲਾਚਾਰ ਹੋਣ ਦੇ ਬਾਵਜੂਦ ਰਾਜੂ ਨੇ ਕਰੋਨਾ ਦੇ ਇਸ ਦੌਰ ਵਿੱਚ ਕੋਈ 3000 ਲੋਕਾਂ ਨੂੰ ਮਾਸਕ ਵੰਡੇ ਅਤੇ 100 ਦੇ ਕਰੀਬ ਪਰਿਵਾਰਾਂ ਨੂੰ 1 ਮਹੀਨੇ ਦਾ ਰਾਸ਼ਨ ਦਿੱਤਾ। ਰਾਜੂ ਨੇ ਕਰੋਨਾ ਵਾਇਰਸ ਵਿਰੁੱਧ ਜੰਗ ਵਿੱਚ ਆਪਣੇ ਵੱਲੋਂ ਕੀਤੇ ਗਏ ਕੰਮਾਂ ਦੇ ਜ਼ਿਕਰ ਤੋਂ ਇਲਾਵਾ ਇਸ ਮਹਾਮਾਰੀ ਨਾਲ ਜਿੱਤਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਚੁੱਕੇ ਗਏ ਕਦਮਾਂ ਦੀ ਭਰਪੂਰ ਸ਼ਲਾਗਾ ਕੀਤੀ। ਪ੍ਰਧਾਨ ਮੰਤਰੀ ਦਾ ਮੰਨ ਦੀ ਬਾਤ ਵਿੱਚ ਮੇਰੀ ਨਿਗਰ ਕੀਤਾ ਹੈ। ਮੈਂ ਉਹਦਾ ਵੀ ਆਦੇ ਧੰਨਵਾਦ ਕਰਦਾ ਹਾਂ। ਮੈਂ ਆਪਣੇ ਰਾਜਦਾਰ ਹੁੰਦੇ ਵੀ ਲੋਕਾਂ ਦੀ ਸਿਹਰਾ ਸੇਵਾ ਕਰ ਰਿਹਾ ਕਿਉਂਕਿ ਮੇਰੇ ਵਰਗੇ ਕਈ ਜੀਵ ਨੇ ਜਿਹੜੇ ਫਟਾਰੇ ਭੁੱਖੇ ਥੋਂਦੇ ਨੇ ਮੈਂ ਉਹਨਾਂ ਨੂੰ ਦੇਖ ਕੇ ਆਪਣੇ ਆਪਣੇ ਤੇ ਸੇਵਾ ਦੇ ਰਹੀ ਹੈ ਲੋਕੀ ਮੈਨੂੰ ਦਾਅਤ ਕਰਦੇ ਨੇ ਫਿਰ ਮੈਂ ਪ੍ਰਧਾਨ ਮੰਤਰੀ ਦਾ ਬਹੁਤ ਧੰਨਵਾਦ ਕਰਦਾ ਹਾਂ ਕਿ ਦੁਨੀਆਦਮ ਦੀ ਇੱਕ ਅਲ ਸੁਣ ਕੇ ਅੱਗੇ ਤੋਂ ਅੱਗੇ ਪਹੁੰਚਾਈ ਹੈ ਉਹਦਾ ਵੀ ਧੰਨਵਾਦ ਕਰਾਂਗਾ ਜਿਹਨਾਂ ਤੇ ਮੇਰੇ ਸਹਾਸ ਨੇ ਉਹਨੀਆਂ ਕਿੰਨੇ ਲੋਕ ਨੂੰ ਚੱਡਦਾ ਰਹੇਗਾ 19 ਦਰ ਮੈਂ ਲੋਕਾਂ ਦੀ ਸੇਵਾ ਤੋਂ ਵਿੱਚ ਕੇਂਦਰ ਸਰਕਾਰ ਵੱਲੋਂ ਐਲਾਨੇ ਕੀ ਦੇਸ਼ ਵਿਆਪੀ ਅਨਲੌਕ ਦਾ ਪਹਿਲਾ ਗੇੜ ਪਲਕੇ ਤੋਂ ਸ਼ੁਰੂ ਹੋ ਰਿਹਾ ਹੈ ਦੇਸ਼ ਵਿਆਪੀ ਲਾਕਡਾਊਨ ਦਾ ਚੌਥਾ ਗੇੜ ਅੱਜ ਮੁਕੰਮਲ ਹੋ ਰਿਹਾ ਹੈ ਕੰਟੇਨਮੈਂਟ ਜ਼ੋਨਾਂ ਨੂੰ ਛੱਡ ਕੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਅਨਲੌਕ ਦਾ ਪਹਿਲਾ ਗੇੜ ਪਲਕੇ ਤੋਂ ਸ਼ੁਰੂ ਹੋਵੇਗਾ ਗ੍ਰੀਨ ਤੇ ਔਰੇਂਜ ਜ਼ੋਨਾਂ 'ਚ ਸਾਰੀਆਂ ਸਰਗਰਮੀਆਂ ਸਵੇਰੇ 5 ਵਜੇ ਤੋਂ ਰਾਤ 9 ਵਜੇ ਤੱਕ ਸ਼ੁਰੂ ਹੋ ਜਾਣਗੀਆਂ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਪਹਿਲੇ ਗੇੜ ਤਹਿਤ 8 ਜੂਨ ਤੋਂ ਧਾਰਮਿਕ ਥਾਵਾਂ ਹੋਟਲਾਂ ਰੈਸਟੋਰੈਂਟਾਂ ਤੇ ਹੋਰ ਪ੍ਰਾਂਤਚਾਰੀ ਸੇਵਾਵਾਂ ਤੇ ਸ਼ਾਪਿੰਗ ਮਾਲਸ 'ਚ ਲੋਕਾਂ ਦੇ ਦਾਖਲੇ ਨੂੰ ਮਨਜ਼ੂਰੀ ਹੋਵੇਗੀ ਕੇਂਦਰੀ ਸਿਹਤ ਮੰਤਰਾਲਾ ਸੰਬੰਧਿਤ ਕੇਂਦਰੀ ਮੰਤਰਾਲਿਆਂ ਤੇ ਵਿਭਾਗਾਂ ਸਮੇਤ ਹੋਰਾਂ ਦੀ ਸਲਾਹ ਨਾਲ ਇਹਨਾਂ ਸਰਗਰਮੀਆਂ ਲਈ ਨਿਰਧਾਰਿਤ ਸੰਚਾਲਨ ਪ੍ਰਕਿਰਿਆ ਦਾ ਐਲਾਨ ਕਰੇਗਾ ਜਿਸ ਦਾ ਮੰਤਵ ਸੁਰੱਖਿਅਤ ਸਮਾਜਿਕ ਦੂਰੀ ਬਣਾਈ ਰੱਖਣਾ ਅਤੇ ਕੋਵਿਡ-19 ਦੇ ਫੈਲਾਅ ਨੂੰ ਰੋਕਣਾ ਹੈ ਪਲਕੇ ਤੋਂ ਇੱਕ ਸੂਬੇ ਤੋਂ ਦੂਜੇ ਸੂਬੇ ਤੱਕ ਆਉਣ ਜਾਣ ਜਾਂ ਮਾਲ ਦੀ ਟੋਆ ਟਵਾਈ ਤੇ ਕੋਈ ਪਾਬੰਦੀ ਨਹੀਂ ਹੋਵੇਗੀ ਜੇ ਕਿਸੇ ਸੂਬੇ ਵੱਲੋਂ ਅਜਿਹੀਆਂ ਪਾਬੰਦੀਆਂ ਲਗਾਈਆਂ ਗਈਆਂ ਨੇ ਤਾਂ ਉਹ ਆਪਣੀ ਮਰਜ਼ੀ ਨਾਲ ਇਸ ਨੂੰ ਹਟਾ ਸਕਦੇ ਨੇ ਜਾਂ ਬਰਕਰਾਰ ਰੱਖ ਸਕਦੇ ਨੇ ਕੇਂਦਰ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਨਾਗਰਿਕਾਂ ਨੂੰ ਇੱਕ ਸੂਬੇ ਤੋਂ ਦੂਜੇ ਸੂਬੇ 'ਚ ਆਉਣ ਜਾਣ ਲਈ ਕਿਸੇ ਵੱਖਰੀ ਇਜਾਜ਼ਤ ਦੀ ਪਲਕੇ ਤੋਂ ਲੋੜ ਨਹੀਂ ਪਵੇਗੀ। ਦੂਜੇ ਗੇੜ ਵਿੱਚ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਸਕੂਲ ਕਾਲਜ ਵਿਦਿਅਕ ਸਿਖਲਾਈ ਅਤੇ ਕੋਚਿੰਗ ਸੈਂਟਰਾਂ ਨੂੰ ਖੋਲਣ ਤੇ ਵਿਚਾਰ ਕੀਤਾ ਜਾਵੇਗਾ ਸੂਬਾ ਸਰਕਾਰਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਨੂੰ ਸਲਾਹ ਦਿੱਤੀ ਗਈ ਹੈ ਕਿ ਸੰਸਥਾਵਾਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਅਤੇ ਹੋਰ ਸੰਬੰਧਿਤ ਧਿਰਾਂ ਨਾਲ ਇਸ ਮੰਤਵ ਲਈ ਸਲਾਹ-ਮਸ਼ਵਰਾ ਕਰਨ ਲੋੜੀਂਦੀ ਜਾਣਕਾਰੀ ਤੋਂ ਉਸ ਵੇਲੇ ਦੀ ਸਥਿਤੀ ਦਾ ਜਾਇਜ਼ਾ ਲੈਣ ਮਗਰੋਂ ਇਸ ਸਾਲ ਜੁਲਾਈ ਦੇ ਮਹੀਨੇ ਤੋਂ ਇਹਨਾਂ ਅਦਾਰਿਆਂ ਨੂੰ ਖੋਲਣ ਬਾਰੇ ਕੋਈ ਫੈਸਲਾ ਲਿਆ ਜਾਵੇਗਾ ਗ੍ਰਹਿ ਮੰਤਰੀ ਲੈਵਲੋਂ ਕਿਹਾ ਗਿਆ ਕਿ ਸਥਿਤੀ ਨੂੰ ਧਿਆਨ ਚ ਰੱਖਦਿਆਂ ਜੇ ਸੂਬਿਆਂ ਜਾਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵੱਲੋਂ ਕੰਟੇਨਮੈਂਟ ਜ਼ੋਨ ਤੋਂ ਬਾਹਰ ਕੁਝ ਸਰਗਰਮੀਆਂ ਤੇ ਰੋਕ ਲਗਾਉਣ ਦੀ ਲੋੜ ਮਹਿਸੂਸ ਹੁੰਦੀ ਹੈ ਤਾਂ ਅਜਿਹਾ ਆਪਣੇ ਪੱਧਰ ਤੇ ਹੀ ਕਰ ਸਕਦੇ ਨੇ ਕੋਵਿਡ-19 ਦੇ ਪ੍ਰਬੰਧਨ ਲਈ ਕੌਮੀ ਹਦਾਇਤਾਂ ਅਨੁਸਾਰ ਫੇਸ ਮਾਸਕ ਤੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਲਾਜ਼ਮੀ ਹੋਵੇਗੀ ਇਸ ਤੋਂ ਇਲਾਵਾ ਅੰਤਰ ਸੁਭਾਈ ਆਵਾਜਾਈ ਸੰਬੰਧੀ ਵੀ ਨਿਰਦੇਸ਼ ਜਾਰੀ ਕੀਤੇ ਗਏ ਨੇ ਜਿਸ ਮੁਤਾਬਕ ਈ ਪਰਮਿਟ ਤੋਂ ਇਲਾਵਾ ਹੋਰ ਕਿਸੇ ਵਾਧੂ ਮਨਜ਼ੂਰੀ ਦੀ ਲੋੜ ਨਹੀਂ ਪਵੇਗੀ ਨਿਰਦੇਸ਼ਾਂ ਮੁਤਾਬਕ ਜੇਕਰ ਕਿਸੇ ਇਲਾਕੇ ਵਿੱਚ ਆਵਾਜਾਈ ਤੇ ਪਾਬੰਦੀਆਂ ਲਗਾਈਆਂ ਜਾਂਦੀਆਂ ਏ ਤਾਂ ਜ਼ਿਲ੍ਹਾ ਪ੍ਰਸ਼ਾਸਨ ਦੀ ਇਹ ਜ਼ਿੰਮੇਵਾਰੀ ਹੋਵੇਗੀ ਕਿ ਇਹਨਾਂ ਪਾਬੰਦੀਆਂ ਸੰਬੰਧੀ ਲੋਕਾਂ ਨੂੰ ਅਗਾਊਂ ਜਾਣਕਾਰੀ ਦਿੱਤੀ ਜਾਵੇ ਪੰਜਾਬ ਵਿੱਚ ਲਾਕਡਾਊਨ 30 ਜੂਨ ਤੱਕ ਵਧਾਇਆ ਗਿਆ ਏ ਇਸ ਸੰਬੰਧੀ ਐਲਾਨ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਏ ਕਿ ਕੇਂਦਰੀ ਗ੍ਰਹਿ ਮੰਤਰਾਲੇ ਦੀਆਂ ਹਦਾਇਤਾਂ ਮੁਤਾਬਕ ਸ਼ਰਤਾਂ ਤਹਿਤ ਟਿਲ ਦੇਣ ਸੰਬੰਧੀ ਫੈ ਮੁੱਖ ਮੰਤਰੀ ਨੇ ਕਿਹਾ ਕਿ ਮਹਾਂਮਾਰੀ ਦਾ ਖਤਰਾ ਅਜੇ ਤੱਕ ਟਲਿਆ ਨਹੀਂ ਹੈ ਤੇ ਲੋੜ ਪੈਣ ਤੇ ਸੂਬੇ ਦੇ ਲੋਕਾਂ ਦੀ ਹਿਫਾਜ਼ਤ ਲਈ ਹੋਰ ਵੀ ਸਖਤ ਫੈਸਲੇ ਲਏ ਜਾ ਸਕਦੇ ਨੇ ਭਾਰਤ ਵਿੱਚ ਕਰੋਨਾ ਵਾਇਰਸ ਦੀ ਪੁਸ਼ਟੀ ਵਾਲੇ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿੱਚ ਰਿਕਾਰਡ 8380 ਕੋਵਿਡ-19 ਦੇ ਨਵੇਂ ਮਾਮਲੇ ਦਰਜ ਹੋਏ ਕੇਂਦਰੀ ਸਿਹਤ ਮੰਤਰਾਲਾ ਅਨੁਸਾਰ ਭਾਰਤ ਵਿੱਚ ਹੁਣ ਤੱਕ ਕਰੋਨਾ ਵਾਇਰਸ ਦੀ ਪੁਸ਼ਟੀ ਵਾਲੇ ਮਰੀਜ਼ਾਂ ਦੀ ਕੁੱਲ ਸੰਖਿਆ 182143 ਤੱਕ ਪਹੁੰਚ ਗਈ ਹੈ ਇਸ ਮਹਾਮਾਰੀ ਕਾਰਨ ਹੁਣ ਤੱਕ ਦੇਸ਼ ਵਿੱਚ 5164 ਕਰੋਨਾ ਮਰੀਜ਼ਾਂ ਦੀ ਮੌਤ ਹੋਈ ਹੈ ਪਰ ਚੰਗੀ ਗੱਲ ਇਹ ਹੈ ਕਿ ਭਾਰਤ ਵਿੱਚ ਕਰੋਨਾ ਵਾਇਰਸ ਦੀ ਤੋਂ ਠੀਕ ਹੋਣ ਦੀ ਦਰ ਵਿੱਚ ਹੋਰ ਸੁਧਾਰ ਦਰਜ ਕੀਤਾ ਗਿਆ ਜੋ ਇਸ ਸਮੇਂ 47.76% ਪਹੁੰਚ ਗਈ ਹੈ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਭਾਰ ਵਿੱਚ 125428 ਕਰੋਨਾ ਸੈਂਪਲ ਲਏ ਗਏ ਨੇ ਹੁਣ ਤੱਕ ਦੇਸ਼ ਭਾਰ ਵਿੱਚ 3737027 ਕਰੋਨਾ ਟੈਸਟ ਕੀਤੇ ਜਾ ਚੁੱਕੇ ਨੇ ਦੇਸ਼ ਭਾਰ ਵਿੱਚ 669 ਲੈਬਾਰਟਰੀਆਂ ਵਿੱਚ ਕਰੋਨਾ ਨਮੂਨਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਜਿਨ੍ਹਾਂ ਚੋਂ 468 ਸਰਕਾਰੀ ਲੈਬਾਰਟਰੀਆਂ ਨੇ ਜਦਕਿ 203 ਪ੍ਰਾਈਵੇਟ ਲੈਬਾਰਟਰੀਆਂ ਨੇ ਮਹਾਰਾਸ਼ਟਰ ਸੂਬਾ ਕਰੋਨਾ ਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਜਿੱਥੇ ਹੁਣ ਤੱਕ 65168 ਵਿਅਕਤੀਆਂ ਵਿੱਚ ਕਰੋਨਾ ਵਾਇਰਸ ਦੀ ਪੁਸ਼ਟੀ ਹੋ ਚੁੱਕੀ ਹੈ ਜਿਨ੍ਹਾਂ ਵਿੱਚੋਂ 28081 ਸਿਹਤਯਾਬ ਹੋਏ ਜਦਕਿ 2197 ਵਿਅਕਤੀ ਦੀ ਕੋਵਿਡ-19 ਕਾਰਨ ਮੌਤ ਹੋਈ। ਗੁਜਰਾਤ ਵਿੱਚ ਕਰੋਨਾ ਵਾਇਰਸ ਦੇ 16356 ਮਾਮਲੇ ਸਾਹਮਣੇ ਆਏ ਨੇ ਅਤੇ ਸੂਬੇ ਵਿੱਚ ਹੁਣ ਤੱਕ ਕਰੋਨਾ ਕਾਰਨ 1007 ਵਿਅਕਤੀਆਂ ਦੀਆਂ ਜਾਨਾਂ ਗਈਆਂ। ਤਾਮਿਲਨਾਡੂ ਵਿੱਚ ਵੀ ਕਰੋਨਾ ਦੀ ਪੁਸ਼ਟੀ ਵਾਲੇ 21184 ਕੇਸ ਪਾਏ ਗਏ। ਸੂਬੇ ਵਿੱਚ ਹੁਣ ਤੱਕ 163 ਵਿਅਕਤੀਆਂ ਦੀ ਕਰੋਨਾ ਵਾਇਰਸ ਕਾਰਨ ਮੌਤ ਹੋ ਚੁੱਕੀ ਹੈ। ਰਾਜਸਥਾਨ, ਮਾਧ ਪ੍ਰ ਵਾਇਰਸ ਨਾਲ ਜ਼ਿਆਦਾ ਪ੍ਰਭਾਵਿਤ ਨੇ ਇਧਰ ਪੰਜਾਬ ਵਿੱਚ ਵੀ ਪਿਛਲੇ ਕੁਝ ਦਿਨਾਂ ਤੋਂ ਜ਼ਿਆਦਾ ਗਿਣਤੀ ਵਿੱਚ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕੋਰੋਨਾ ਵਾਇਰਸ ਦੇ ਨਵੇਂ ਮਾਮਲੇ ਸਾਹਮਣੇ ਆ ਰਹੇ ਨੇ ਪੰਜਾਬ ਵਿੱਚ ਹੁਣ ਤੱਕ ਕੋਰੋਨਾ ਵਾਇਰਸ ਦੀ ਪੁਸ਼ਟੀ ਵਾਲੇ 2263 ਕੇਸ ਪਾਏ ਗਏ ਨੇ ਜਿਨ੍ਹਾਂ ਵਿੱਚੋਂ 1987 ਸਿਹਤਾਬ ਹੋਏ ਅਤੇ 45 ਵਿਅਕਤੀਆਂ ਦੀ ਇਸ ਮਹਾਮਾਰੀ ਕਾਰਨ ਮੌਤ ਹੋਈ ਵੰਦੇ ਭਾਰਤ ਮਿਸ਼ਨ ਤਹਿਤ 에어 ਇੰਡੀਆ ਦੀ ਵਿਸ਼ੇਸ਼ ਫਲਾਈਟ ਅੱਜ ਤੜਕਸਾਰ ਯੂਕਰੇਨ ਤੋਂ 144 ਭਾਰਤੀਆਂ ਨੂੰ ਲੈ ਕੇ ਚੰਡੀਗੜ੍ਹ ਕਮਾਂਤਰੀ ਹਵਾਈ ਅੱਡੇ ਤੇ ਉਤਰੀ ਇਸ ਉਡਾਨ ਰਾਹੀਂ ਵਤਨ ਵਾਪਸ ਆਏ ਭਾਰਤੀਆਂ ਵਿੱਚ ਹਿਮਾਚਲ ਪ੍ਰਦੇਸ਼ ਦੇ 54 ਹਰਿਆਣਾ ਦੇ 53 ਪੰਜਾਬ ਦੇ 34 ਚੰਡੀਗੜ੍ਹ ਦੇ 2 ਅਤੇ ਰਾਜਸਥਾਨ ਦਾ 1 ਯਾਤਰੀ ਹੈ ਯੂਕਰੇਨ ਤੋਂ ਲਿਆੰਦੇਗਨਾ ਭਾਰਤੀਆਂ ਵਿੱਚ ਬਹੁਤੇ ਐਮਬੀਬੀਐਸ ਦੇ ਵਿਦਿਆਰਥੀ ਨੇ ਜਿਹੜੇ ਕਿ ਪਿਛਲੇ 2 ਮਹੀਨਿਆਂ ਤੋਂ ਵੱਧ ਸਮੇਂ ਤੋਂ ਉੱਥੇ ਫਸੇ ਹੋਏ ਸਨ ਹਵਾਈ ਅੱਡੇ ਦੇ ਨੋਡਲ ਅਧਿਕਾਰੀ ਹਿਮਾਂਸ਼ੂ ਸਿੰਘ ਨੇ ਦੱਸਿਆ ਕਿ ਯਾਤਰੀਆਂ ਦੇ ਪਹੁੰਚਣ ਤੇ ਕੋਵਿਡ-19 ਪ੍ਰੋਟੋਕਾਲ ਤਹਿਤ ਜਾਂਚ ਕੀਤੀ ਗਈ ਏ ਅਤੇ ਸਾਰੇ ਯਾਤਰੀਆਂ ਦੀ ਥਰਮਲ ਸਕ੍ਰੀਨਿੰਗ ਕੀਤੀ ਗਈ। ਉਹਨਾਂ ਦੱਸਿਆ ਕਿ ਇਸ ਤੋਂ ਬਾਅਦ ਇਹਨਾਂ ਯਾਤਰੀਆਂ ਨੂੰ ਇਕਾਂਤਵਾਸ ਲਈ ਸਬੰਧਤ ਸੂਬਿਆਂ ਵਿੱਚ ਭੇਜ ਦਿੱਤਾ ਗਿਆ ਜਿੱਥੇ ਕੋਵਿਡ ਪ੍ਰੋਟੋਕਾਲ ਤਹਿਤ 5 ਦਿਨ ਬਾਅਦ ਦੁਬਾਰਾ ਕਰੋਨਾ ਵਾਇਰਸ ਦੇ ਜਾਂਚ ਟੈਸਟ ਕੀਤੇ ਜਾਣਗੇ। ट्रेन से बाया दिल्ली होते हुए चंडीगढ़ पे लैंड करी है ये थोड़ा सा लेट थी आज फ्लाइट सवा तीन के आसपास लैंड करी है यहाँ पे जिसमें 144 के अप्रॉक्स 144 पैसेंजर्स यहाँ पर डी बोर्ड हुए हैं तो सारी स्टेट अथॉरिटीज वंदे भारत मिशन तहत वतन वापस लिया के यात्रियों ने भारत सरकार विशेष तौर पर प्रधानमंत्री नरेंद्र मोदी का धनवाद किया यहाँ पे आके जो कोरोना वायरस पता है ही बहुत वर्स्ट है बट फिर भी जो यहाँ पर मेडिकल फैसिलिटीज़ प्रोवाइड करवाई गई है हर जगह प्रॉपर सैनिटाइज करवाया जा रहा है मेरे बैग्स को सैनिटाइज किया और इंडिया मतलब ऐसे कंट्री जहाँ बहुत अच्छी है तो वी आर प्राउड टू बी इंडिया पहले तो बहुत डर लग रहा था पता नहीं कि वे की होगा लेकिन फील हो रहा है सन सन आई ਸੀ2 ਪੰਜਾਬ ਦੇ ਜਰਨਲ ਸਕੱਤਰ ਕਾਮਰੇਡ ਅਗਨਾਨ ਸਿੰਘ ਨੇ ਲਾਕਡਾਊਨ ਦੇ ਸਮੇਂ ਦੀਆਂ ਉਜਰਤਾਂ ਵਿੱਚ ਕਟੌਤੀ ਤੇ ਮਜ਼ਦੂਰਾਂ ਦੀਆਂ ਛਾਂਟੀਆਂ ਕਰਨ ਦੀ ਸਖਤ ਨਿੰਦਾ ਕੀਤੀ ਹੈ ਨੰਗਲ ਵਿੱਚ ਸੀ2 ਦੇ ਸਰਗਰਮ ਮੈਂਬਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਹਨਾਂ ਮੰਗ ਕੀਤੀ ਕਿ ਸਾਰੇ ਮਜ਼ਦੂਰਾਂ ਤੇ ਮੁਲਾਜ਼ਮਾਂ ਨੂੰ ਲਾਕਡਾਊਨ ਦੇ ਸਮੇਂ ਦੀਆਂ ਪੂਰੀਆਂ ਉਜਰਤਾਂ ਦਿੱਤੀਆਂ ਜਾਣ ਮਜ਼ਦੂਰਾਂ ਦੀ ਛਾਂਟੀ ਤੇ ਫੌਰੀ ਤੌਰ ਤੇ ਰੋਕ ਲਗਾਈ ਜਾਵੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਮਹਿੰਗਾਈ ਭੱਤੇ ਉੱਤੇ ਲਗਾਈ ਗਈ ਰੋਕ ਹਟਾਈ ਜਾਵੇ ਮਜ਼ਦੂਰਾਂ ਦੇ ਡੀਏ ਸੰਬੰਧੀ 1 ਮਈ ਨੂੰ ਜਾਰੀ ਨੋਟੀਫਿਕੇਸ਼ਨ ਨੂੰ ਲਾਗੂ ਕੀਤਾ ਜਾਵੇ ਕਰੋਨਾ ਵਾਇਰਸ ਵਿਰੁੱਧ ਫਰੰਟ ਲਾਈਨ ਤੇ ਜੰਗ ਲੜਨ ਵਾਲੇ ਹਰ ਕਾਮੇ ਨੂੰ ਡਾਕਟਰਾਂ ਵਾਂਗ ਮੈਡੀਕਲ ਸੁਰੱਖਿਆ ਦਿੱਤੀ ਜਾਵੇ ਅਤੇ ਹਰ ਕਾਮੇ ਨੂੰ 50 ਲੱਖ ਰੁਪਏ ਦੀ ਬੀਮਾ ਯੋਜਨਾ ਅਧੀਨ ਕਵਰ ਕੀਤਾ ਜਾਵੇ ਰੈਗੂਲਰ ਅਸਾਮੀਆਂ ਉੱਪਰ ਰੈਗੂਲਰ ਕੰਮੇਪਰਤੀ ਕੀਤੇ ਜਾਂਦੇ ਠੇਕੇ ਤੇ ਪੱਤੀ ਸਾਰੇ ਕੱਚੇ ਕਰਮਚਾਰੀ ਪੱਕੇ ਕੀਤੇ ਜਾਣ ਤੇ ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ ਆਗਿਆ ਦਿਓ ਨਮਸਕਾਰ